ਹੁਣ ਭਾਰਤੀਆਂ ਲਈ ਖੁਸ਼ਖਬਰੀ ਹੈ ਤੁਹਾਨੂੰ ਦਿਖ ਰਿਹਾ ਹੋਏਗਾ ਕਿ ਕਿਸ ਤਰ੍ਹਾਂ ਅਮਰੀਕਾ ਕੈਨੇਡਾ ਜਿਹੜੇ ਨੇ ਉਹ ਰੂਲਸ ਨੂੰ ਸਖਤ ਕਰ ਰਹੇ ਨੇ ਪਰ ਇਸ ਦੇ ਵਿੱਚ ਦੱਸ ਦਈਏ ਕਿ ਇੱਕ ਖੁਸ਼ਖਬਰੀ ਜਿਹੜੀ ਹੈ ਉਹ ਭਾਰਤੀਆਂ ਦੇ ਲਈ ਸਾਹਮਣੇ ਆਈ ਹੈ ਯੂਰੋਪੀਅਨ ਯੂਨੀਅਨ ਨੇ ਸ਼ੈਨੇਗਨ ਵੀਜ਼ਾ ਰੂਲਸ ਬਦਲ ਕੇ ਭਾਰਤੀਆਂ ਨੂੰ ਹੁਣ ਮਲਟੀਪਲ ਐਂਟਰੀ ਵੀਜ਼ਾ ਦੇਣ ਦਾ ਐਲਾਨ ਕੀਤਾ ਹੈ ਇਹ ਵੀਜ਼ਾ 5 ਸਾਲ ਤੱਕ ਵੈਲਿਡ ਹੋਵੇਗਾ ਇਸ ਤੋਂ ਪਹਿਲਾਂ ਭਾਰਤੀ ਟ੍ਰੈਵਲਰਸ ਨੂੰ ਹਰ ਵਾਰ ਯੂਰਪ ਜਾਣ ਦੇ ਲਈ ਵੀਜ਼ਾ ਲੈਣਾ ਪੈਂਦਾ ਸੀ ਜੋ ਕਿ ਕੁਝ ਦਿਨਾਂ ਜਾਂ ਕੁਝ ਮਹੀਨਿਆਂ ਲਈ ਹੁੰਦਾ ਸੀ ਸ਼ੁਰੂਆਤ 'ਚ ਭਾਰਤੀ ਟ੍ਰੈਵਲਰਸ ਨੂੰ 2 ਸਾਲ ਦਾ ਵੀਜ਼ਾ ਦਿੱਤਾ ਜਾਵੇਗਾ ਇਸ ਤੋਂ ਬਾਅਦ ਹੋਰ 5 ਸਾਲ ਤੱਕ ਵੀਜ਼ੇ ਦੀ ਮਿਆਦ ਵਧਾਈ ਜਾ ਸਕੇਗੀ ਯੂਰੋਪੀਅਨ ਯੂਨੀਅਨ ਵਿੱਚ 29 ਦੇਸ਼ ਸ਼ਾਮਲ ਨੇ ਹਾਲਾਂਕਿ ਵਿਜ਼ਿਟਰ ਵੀਜ਼ਾ ਤੇ ਜਾਣ ਵਾਲੇ ਲੋਕਾਂ ਨੂੰ ਉੱਥੇ ਕੰਮ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ ਇਹਨਾਂ ਨਵੇਂ ਰੂਲਸ ਮੁਤਾਬਕ ਹੁਣ ਭਾਰਤੀ ਜਰਮਨੀ ਹਾਲੈਂਡ ਸਪੇਨ ਇਟਲੀ ਸਵਿਟਜ਼ਰਲੈਂਡ ਵਰਗੇ ਦੇਸ਼ਾਂ ਦੇ ਵਿੱਚ ਆਸਾਨੀ ਦੇ ਨਾਲ ਜਾ ਪਾਣਗੇ ਤਾਂ ਕਹਿ ਸਕਦੇ ਹਾਂ ਕਿ ਭਾਰਤੀਆਂ ਲਈ ਇਹ ਖੁਸ਼ਖਬਰੀ ਸਾਹਮਣੇ ਆਈ ਹੈ ਹੁਣ ਭਾਰਤੀਆਂ ਲਈ ਖੁਸ਼ਖਬਰੀ ਹੈ ਤੁਹਾਨੂੰ ਦਿਖ ਰਿਹਾ ਹੋਏਗਾ ਕਿ ਕਿਸ ਤਰ੍ਹਾਂ ਅਮਰੀਕਾ ਕੈਨੇਡਾ ਜਿਹੜੇ ਨੇ ਉਹ ਰੂਲਸ ਨੂੰ ਸਖਤ ਕਰ ਰਹੇ ਨੇ ਪਰ ਇਸ ਦੇ ਵਿੱਚ ਦੱਸ ਦਈਏ ਕਿ ਇੱਕ ਖੁਸ਼ਖਬਰੀ ਜਿਹੜੀ ਹੈ ਉਹ ਭਾਰਤੀਆਂ ਦੇ ਲਈ ਸਾਹਮਣੇ ਆਈ ਹੈ ਯੂਰੋਪੀਅਨ ਯੂਨੀਅਨ ਨੇ ਸ਼ੈਨੇਗਨ ਵੀਜ਼ਾ ਰੂਲਸ ਬਦਲ ਕੇ ਭਾਰਤੀਆਂ ਨੂੰ ਹੁਣ ਮਲਟੀਪਲ ਐਂਟਰੀ ਵੀਜ਼ਾ ਦੇਣ ਦਾ ਐਲਾਨ ਕੀਤਾ ਹੈ ਇਹ ਵੀਜ਼ਾ 5 ਸਾਲ ਤੱਕ ਵੈਲਿਡ ਹੋਵੇਗਾ ਇਸ ਤੋਂ ਪਹਿਲਾਂ ਭਾਰਤੀ ਟ੍ਰੈਵਲਰਸ ਨੂੰ ਹਰ ਵਾਰ ਯੂਰਪ ਜਾਣ ਦੇ ਲਈ ਵੀਜ਼ਾ ਲੈਣਾ ਪੈਂਦਾ ਸੀ ਜੋ ਕਿ ਕੁਝ ਦਿਨਾਂ ਜਾਂ ਕੁਝ ਮਹੀਨਿਆਂ ਲਈ ਹੁੰਦਾ ਸੀ ਸ਼ੁਰੂਆਤ 'ਚ ਭਾਰਤੀ ਟ੍ਰੈਵਲਰਸ ਨੂੰ 2 ਸਾਲ ਦਾ ਵੀਜ਼ਾ ਦਿੱਤਾ ਜਾਵੇਗਾ ਇਸ ਤੋਂ ਬਾਅਦ ਹੋਰ 5 ਸਾਲ ਤੱਕ ਵੀਜ਼ੇ ਦੀ ਮਿਆਦ ਵਧਾਈ ਜਾ ਸਕੇਗੀ ਯੂਰੋਪੀਅਨ ਯੂਨੀਅਨ ਵਿੱਚ 29 ਦੇਸ਼ ਸ਼ਾਮਲ ਨੇ ਹਾਲਾਂਕਿ ਵਿਜ਼ਿਟਰ ਵੀਜ਼ਾ ਤੇ ਜਾਣ ਵਾਲੇ ਲੋਕਾਂ ਨੂੰ ਉੱਥੇ ਕੰਮ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ ਇਹਨਾਂ ਨਵੇਂ ਰੂਲਸ ਮੁਤਾਬਕ ਹੁਣ ਭਾਰਤੀ ਜਰਮਨੀ ਹਾਲੈਂਡ ਸਪੇਨ ਇਟਲੀ ਸਵਿਟਜ਼ਰਲੈਂਡ ਵਰਗੇ ਦੇਸ਼ਾਂ ਦੇ ਵਿੱਚ ਆਸਾਨੀ ਦੇ ਨਾਲ ਜਾ ਪਾਣਗੇ ਤਾਂ ਕਹਿ ਸਕਦੇ ਹਾਂ ਕਿ ਭਾਰਤੀਆਂ ਲਈ ਇਹ ਖੁਸ਼ਖਬਰੀ ਸਾਹਮਣੇ ਆਈ